ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਦੇਸ਼ ਨੂੰ ਆਤਮ ਨਿਰਭਰ ਬਣਾਉਣ ਲਈ ਸਾਨੂੰ ਆਤਮ ਵਿਸ਼ਵਾਸ ਨਾਲ ਅੱਗੇ ਵਧਣਾ ਹੋਵੇਗਾ ਆਕਾਸ਼ਵਾਣੀ ਦੇ ਬਹੁ ਚਰਚਿਤ ਪ੍ਰੋਗਰਾਮ ਮਨ ਕੀ ਬਾਤ ਰਾਹੀਂ ਦੇਸ਼ਵਾਸੀਆਂ ਨੂੰ ਸੰਬੋਧਨ ਕਰਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਦੇਸ਼ ਨੂੰ ਸਮਰੱਥ ਬਣਾਉਣ ਲਈ ਲਗਾਤਾਰ ਯਤਨਸ਼ੀਲਾਂ ਤੇ ਹਰੇਕ ਖੇਤਰ 'ਚ ਦੇਸ਼ ਨੂੰ ਆਤਮ ਨਿਰਭਰ ਬਣਾਇਆ ਜਾਵੇਗਾ ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਦੇ ਨਾਮ ਮਿਲਵਰਤਨ ਅੰਦੋਲਨ ਦੇ ਰੂਪ 'ਚ ਬੀਜਿਆ ਗਿਆ ਬੀਜ ਹੁਣ ਆਤਮ ਨਿਰਭਰ ਭਾਰਤ ਦੇ ਰੁੱਖ ਵਿੱਚ ਤਬਦੀਲ ਕਰਨਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ असहयोग आंदोलन शुरू हुआ तो गांधी जी ने लिखा था कि असहयोग आंदोलन देशवासियों में आत्मसम्मान और अपनी शक्ति का बोध कराने का एक प्रयास है आज जब हम देश को आत्मनिर्भर बनाने का प्रयास कर रहे हैं तो हमें पूरे आत्मविश्वास के साथ आगे बढ़ना है हर क्षेत्र में देश को आत्मनिर्भर बनाना है असहयोग ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਆਤਮ ਨਿਰਭਰ ਭਾਰਤ ਬਿਹਾਂਚ ਵਰਚੁਅਲ ਗੇਮਾਂ ਹੂਨ ਜਾਂ ਖੇਡੋਣਿਆਂ ਦਾ ਖੇਤਰ ਹੋਵੇ ਸਾਰਿਆਂ ਨੇ ਮਹੱਤਵਪੂਰਨ ਭੂਮਿਕਾ ਨਿਭਾਉਣੀ ਹੈ ਉਨ੍ਹਾਂ ਕਿਹਾ ਕਿ ਇਸੇ ਸੰਕਲਪ ਨੂੰ ਲੈ ਕੇ ਇਸ ਮਹੀਨੇ ਦੇ ਸ਼ੁਰੂ ਚ ਐਪ ਇਨੋਵੇਸ਼ਨ ਚੈਲੰਜ ਕਰਵਾਇਆ ਗਿਆ ਸੀ ਜਿਸ ਵਿੱਚ 7000 ਦੇ ਕਰੀਬ ਐਂਟਰੀਆਂ ਆਈਆਂ ਸਨ ਉਨ੍ਹਾਂ ਅੰਕ ਕਿ ਇਸ ਚੈਲੰਜ ਦੇ ਨਤੀਜਿਆਂ ਨੇ ਆਤਮ ਨਿਰਭਰ ਭਾਰਤ ਲਈ ਸ਼ੁਭ ਸੰਕੇਤ ਦਿੱਤੇ ਨੇ ਦੇਣੇ ਕੀ ਸ਼ਮਤਾ ਦਾ ਲੋਹਾ ਹਰ ਕੋਈ ਮੰਨਤਾ ਹੈ ਔਰ ਜਬ ਸਮਰਪਣ ਭਾਵ ਹੋ संवेदना हो तो ये शक्ति असीम बन जाती है इस महीने की शुरुआत में देश के युवाओं के सामने एक ऐप इनोवेशन चैलेंज रखा गया इस आत्मनिर्भर भारत ऐप इनोवेशन चैलेंज में हमारे युवाओं ने बढ़ चढ़कर के हिस्सा लिया करीब सात हजार ਪ੍ਰਧਾਨ ਮੰਤਰੀ ਨੇ ਆਖਿਆ ਕਿ ਅੱਜ ਦੇ ਸਟਾਰਟਅਪ ਭਵਿਕ ਦੀਆਂ ਵੱਡੀਆਂ ਕੰਪਨੀਆਂ ਬਣਨਗੇ ਜਿਹੜੇ ਦੁਨੀਆ 'ਚ ਭਾਰਤ ਦੀ ਪਛਾਣ ਨੂੰ ਦਰਸਾਉਣਗੇ ਨੌਜਵਾਨਾਂ ਨੂੰ ਉਤਸ਼ਾਹਿਤ ਕਰਦੇ ਹਨ ਉਨ੍ਹਾਂ ਕਿਹਾ ਕਿ ਦੁਨੀਆ ਦੀਆਂ ਵੱਡੀਆਂ ਕੰਪਨੀਆਂ ਨੇ ਕਦੇ ਛੋਟੇ ਸਟਾਰਟਅਪ ਦੇ ਤੌਰ ਤੇ ਹੀ ਸ਼ੁਰੂਆਤ ਕੀਤੀ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਖਿਆ ਕਿ ਬੱਚਿਆਂ ਤੇ ਵਿਦਿਆਰਥੀਆਂ ਦੇ ਬੌਧਿਕ ਅਤੇ ਸਰੀਰਕ ਵਿਕਾਸ ਲਈ ਪੋਸ਼ਣ ਦੀ ਅਹਿਮ ਭੂਮਿਕਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸਤੰਬਰ ਮਹੀਨੇ ਨੂੰ ਪੋਸ਼ਣ ਮਹਾਪੁਰਜੋ ਮਨਾਇਆ ਜਾਵੇਗਾ। ਪੁਰਾਤਨ ਕਹਾਵਤਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਪੋਸ਼ਟਿਕ ਪੋਜਣ ਦੀ ਮਹੱਤਤਾ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਪੋਸ਼ਣ ਦੇ ਸੰਦੋਲਨ ਨੂੰ ਲੋਕਾਂ ਦੀ ਭਾਗੀਦਾਰੀ ਨਾਲ ਸਫਲ ਬਣਾਇਆ ਜਾ ਸਕਦਾ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਪੋਸ਼ਣ ਮਹੀਨੇ ਦੌਰਾਨ ਇਸ ਸੰਬੰਧੀ ਮਾਈ ਗੋਵ ਪੋਰਟਲ ਤੇ ਇੱਕ ਸਵਾਲ ਜਵਾਬ ਪ੍ਰਤੀਯੋਗਤਾ ਤੇ ਇੱਕ ਮੀਮ ਮੁਕਾਬਲਾ ਕਰਵਾਇਆ ਜਾਪੇਗਾ। एक क्लास मॉनिटर होता है उसी तरह न्यूट्रिशन मॉनिटर भी हो रिपोर्ट कार्ड की तरह न्यूट्रिशन कार्ड भी बने इस तरह की भी शुरुआत की जा रही है पोषण माह न्यूट्रिशन मंथ के दौरान माय गोव पोर्टल पर एक फूड एंड न्यूट्रिशन क्विज भी आयोजित की ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਦੌਰਾਨ ਸੁਰੱਖਿਆ ਬਲਾਂ ਨਾਲ ਦੇਸ਼ ਸੇਵਾ ਚ ਲੱਗੇ ਫੌਜ ਦੇ ਕੁੱਤਿਆਂ ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਵਕਫ ਵਕ ਮਿਸ਼ਨਾ ਚ ਨਾ ਕੁੱਤਿਆਂ ਦਾ ਯੋਗਦਾਨ ਕਿੰਨਾ ਮਹੱਤਵਪੂਰਨ ਰਿਹਾ ਹੈ ਅਤੇ ਸਮਾ ਹੋਂਟੇ ਨਾ ਨੇ ਆਪਣੇ ਤੇਜ ਲਈ ਕੁਰਬਾਨੀ ਵੀ ਕੀਤੀ ਹੈ ਮੌਜੂਦਾ ਸੀਜ਼ਨ ਦੇ ਤਿਉਹਾਰਾਂ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਪੇਂਡੂ ਅਰਥਚਾਰੇ ਚੋਂਮ ਦੇ ਤਿਉਹਾਰ ਬਾਰੇ ਜਾਣਕਾਰੀ ਸਾਂਝੀ ਕੀਤੀ ਉਨ੍ਹਾਂ ਕਿਹਾ ਕਿ ਇਹ ਤਿਉਹਾਰ ਦੇਸ਼ ਦੇ ਅੰਨਦਾਤਾ ਕਿਸਾਨ ਨਾਲ ਜੁੜਿਆ ਹੋਇਆ ਹੈ ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਸ਼ਕਤੀ ਨਾਲ ਹੀ ਸਾਡਾ ਜੀਵਨ ਅਤੇ ਸਮਾ ਜੋ ਚਲਦਾ ਹੈ ਮੋਦੀ ਨੇ ਕਿਸਾਨ ਦੇ ਸਬੰਧ ਵਿੱਚ ਰਿਗਵੇਦ ਵਿਚਲੇ ਮੰਤਰ ਦਾ ਵੀ ਉਚਾਰਨ ਕੀਤਾ ਇਸ ਦੌਰਾਨ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਪਿਛਲੇ ਸਾਲ ਦੇ ਮੁਕਾਬਲੇ ਵੱਖ-ਵੱਖ ਫਸਲਾਂ ਦੀ ਬਿਜਾਈ ਵਿੱਚ 3 ਤੋਂ 13% ਤੱਕ ਦਾ ਵਾਧਾ ਦਰਜ ਕੀਤਾ ਗਿਆ ਹੈ ਕੋਰੋਨਾ ਮਹਾਮਾਰੀ ਦੇ ਸੰਕਟ ਦਰਮਿਆਨ ਸਿੱਖਿਆ ਸਬੰਧੀ ਚੁਣੌਤੀਆਂ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਅਧਿਆਪਕਾਂ ਦੀ ਭੂਮਿਕਾ ਨੂੰ ਬੇਹਦ ਮਹੱਤਵਪੂਰਨ ਦੱਸਿਆ 5 ਸਤੰਬਰ ਨੂੰ ਮਨਾਏ ਜਾਣ ਵਾਲੇ ਅਧਿਆਪਕ ਦਿਵਸ ਬੰਦੀ ਗੱਲ ਕਰਦੇ ਹੋਏ ਕਿ ਸਾਡੇ ਅਧਿਆਪਕਾਂ ਨੇ ਇਸ ਸਮੇਂ ਚੜ੍ਹੇ ਚੁਣੌਤੀ ਨੂੰ ਨਾ ਕੇਵਲ ਸਵੀਕਾਰ ਕੀਤਾ ਬਲਕਿ ਉਸ ਨੂੰ ਨਵੇਂ ਮੌਕੇ ਵਿੱਚ ਤਬਦੀਲ ਕੀਤਾ ਹੈ ਨਵੀਂ ਕੌਮੀ ਸਿੱਖਿਆ ਨੀਤੀ ਤੇ ਪ੍ਰੋਸਤ ਜਤੌਂਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਦੇ ਜ਼ਰੀਏ ਇੱਕ ਵੱਡੀ ਤਬਦੀਲੀ ਹੋਣ ਜਾ ਰਹੀ ਹੈ ਅਤੇ ਸਾਡੇ ਅਧਿਆਪਕ ਇਸ ਦਾ ਲਾਭ ਵਿਦਿਆਰਥੀਆਂ ਤੱਕ ਪਹੁੰਚਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ जीवन की सफलताओं को अपनी जीवन यात्रा को देखते हैं तो हमें अपने किसी किसी न शिक्षक की याद है। तेजी से बदलते हुए समय और कोरोना के संकट काल में हमारे शिक्षकों के सामने भी समय के साथ बदलाव की एक चुनौती रखती है मुझे खुशी है कि हमारे शिक्षकों ने इस चुनौती को न केवल स्वीकार किया बल्कि उसे अवसर में बदल भी दिया है ਸੰਬੋਧਨ ਦੇ ਅੰਤ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਅੱਜ ਜਿਸ ਵਿਕਾਸ ਦੀ ਯਾਤਰਾ ਤੇ ਚੱਲ ਰਿਹਾ ਸੀ ਸਫਲਤਾ ਤਾਂ ਹੀ ਸੰਭਵ ਹੈ ਜੇਕਰ ਹਰੇਕ ਦੇਸ਼ਵਾਸੀ ਇਸ ਵਿੱਚ ਸ਼ਾਮਲ ਹੋਵੇ। ਪ੍ਰਧਾਨ ਮੰਤਰੀ ਨੇ ਕਰੋਨਾ ਮਹਾਮਾਰੀ ਤੋਂ ਸੁਰੱਖਿਅਤ ਰਹਿਣ ਲਈ 2 ਗੱਜ ਦੀ ਦੂਰੀ, ਮਾਸਕ ਜ਼ਰੂਰੀ ਦਾ ਸੰਕਲਪ ਦੁਹਰਾਇਆ ਅਤੇ ਨਾਗਰਿਕਾਂ ਨੂੰ ਇਕਜੁੱਟ ਰਹਿ ਕੇ ਕਰੋਨਾ ਪ੍ਰਤੀ ਸੁਚੇਤ ਰਹਿਣ ਦੀ ਅਪੀਲ ਕੀਤੀ।